ਅੱਜ ਅਨਾਜ ਮੰਡੀ ਗਿੱਦੜਬਾਹਾ ਵਿਖੇ ਕਣਕ ਦੀ ਫਸਲ ਦੀ ਰਸਮੀ ਸ਼ੁਰੂਆਤ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਰਿੰਗ ਨੇ ਆਪਣੇ ਹੱਥੀਂ ਬੋਲੀ ਲਾ ਕੇ ਕੀਤੀ। ਇਸ ਮੌਕੇ ਕਣਕ ਦੀ ਪਹਿਲੀ ਢੇਰੀ ਜੋ ਬਿਹਾਰੀ ਲਾਲ ਰੂਪ ਸਿੰਘ ਆਲਤੀਆ ਮਾਲਕ ਵਿਜੇ ਕੁਮਾਰ ਦੀ ਦੁਕਾਨ ਤੇ ਕਿਸਾਨਾ ਗੁਰਸ ਚਰਨ ਸਿੰਘ ਤੇ ਗੁਰਦੀਤ ਸਿੰਘ ਪਿੰਡ ਕੋਠੇ ਮਾਨਾ ਵਾਲੇ ਦੀ ਕਣਕ ਦੀ ਖਰੀਦ ਪ੍ਰਤੀ ਕੁਇੰਟਲ 1625 ਰੁਪਏ ਦੇ ਹਿਸਾਬ ਨਾਲ ਪਨਗ੍ਰੇਨ ਨੇ ਕੀਤੀ। ਇਸ ਮੌਕੇ ਆਤਿਆ ਵਿਜੇ ਕੁਮਾਰ ਨੇ ਕਣਕ ਦੀ ਖਰੀਦੀ ਸ਼ੁਰੂਆਤ ਕਰਨ ਤੇ ਉਹਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ। ਲੈ ਕੇ ਆਏ ਹਾਂ ਗਿੱਦੜਬਾਹਾ ਮੰਡੀ ਦੇ ਵਿੱਚ ਕਣਕ, ਬਹੁਤ ਵਧੀਆ ਪ੍ਰਬੰਧ ਹੈ ਇੱਥੇ, ਕੋਈ ਦਿੱਕਤ ਨਹੀਂ, ਦਾਣਾ ਮੰਡੀ ਵੀ ਠੀਕ ਆ, ਪਹਿਲਾਂ ਵਾਲਿਆਂ ਨਾਲੋਂ ਬਹੁਤ ਵਧੀਆ ਜੀ, ਹੁਣ ਹੌਲੀ ਹੌਲੀ ਸੁਧਾਰ ਹੋਈ ਜਾਂਦਾ, ਸਿਸਟਮ ਮੁਤਾਬਕ ਚੱਲਦਾ ਜੀ ਕੰਮ ਵਧੀਆ, ਕੋਈ ਦਿੱਕਤ ਨਹੀਂ। ਪਹਿਲਾਂ ਕੁਛ ਤਾਂ ਦਾਣਾ ਮੰਡੀ ਸਾਡੀ ਨਵੀਂ ਹੈ ਜੀ, ਇਹ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਵਧੀਆ, ਸਾਰਾ ਪੱਕਾ ਜਗ੍ਹਾ। ਮੈਨੂੰ ਲੱਗਦਾ ਕਿ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹੈ, ਇਸ ਵਾਰੀ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਔਰ ਸਪੈਸ਼ਲ ਤੌਰ 'ਤੇ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਡਿਊਟੀਆਂ ਲਾਈਆਂ ਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਕਿਸਾਨ ਨੂੰ ਮੰਡੀ ਦੇ ਵਿੱਚ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਕਿਸਾਨ ਜਦੋਂ ਵੀ ਆਪਦੀ ਫਸਲ ਲਿਆਵੇ ਉਹਦਾ ਨਾਲ ਦੀ ਨਾਲ ਉਹਦਾ ਭਾਅ ਲੱਗਣਾ ਚਾਹੀਦਾ, ਚੁਕਾਈ ਹੋਣੀ ਚਾਹੀਦੀ ਹੈ। ਔਰ ਅੱਜ ਮੈਨੂੰ ਲੱਗਦਾ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲਾ ਭਾਅ ਅਸੀਂ ਗਿੱਦੜਬਾਹਾ ਮੰਡੀ ਦੇ ਵਿੱਚ ਲਾਇਆ, ਔਰ ਪਹਿਲੀ ਇੱਕ ਢੇਰੀ ਹਜੇ ਤੱਕ ਕਿਸਾਨ ਦੀ ਆਈ ਹੈ। ਔਰ ਮੈਨੂੰ ਆਸ ਹੈ ਕਿ ਅਸੀਂ ਮੁਕੰਮਲ ਸਾਰੇ ਇੰਤਜ਼ਾਮ ਕਰਕੇ, ਸੈਕਟਰੀ ਸਾਹਿਬ ਹੋਣੀ ਵੀ ਇੱਥੇ ਉਪਸਥਿਤ ਨੇ, ਤਾਂ ਮੈਨੂੰ ਲੱਗਦਾ ਕਿਸੇ ਕਿਸ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ। ਗਿੱਦੜਬਾਹਾ ਤੋਂ ਸੋਨੀ ਢੱਲਾ, ਜੀਵੇ ਪੰਜਾਬ ਦੇ ਲਈ। ਹਮਸੇ ਪਹਿਲੇ ਕੋਈ ਕਰਕੇ ਦਿਖਾਏ, ਜਬ ਕਹੀਂ ਨਹੀਂ ਹੋ ਸਮਾਧਾਨ ਤੋ ਆਪਕੀ ਹਰ ਸਮੱਸਿਆ ਕਾ ਹੋਗਾ ਸਮਾਧਾਨ ਯਹਾਂ। ਨੋ ਫੀਸ ਨੋ ਚਾਰਜ, 11 ਘੰਟੋ ਮੇ 101% ਸਮਾਧਾਨ। ਸਪੈਸ਼ਲਿਸਟ ਕੀਆ ਕਰਾਇਆ, ਪ੍ਰੇਮ ਵਿਵਾਹ, ਸੌਤਨ ਕਾ ਦੁੱਖ, ਪ੍ਰੇਮ ਸੰਬੰਧ, ਮਨਚਾਹਾ ਪ੍ਰੇਮ ਵਿਵਾਹ ਜਾਂ ਵਸ਼ੀਕਰਨ, ਨੌਕਰੀ ਜਾਂ ਕਾਰੋਬਾਰ। ਪੰਡਿਤ ਮਹਾਗੁਰੂ ਜੀ 9781464992 9779838723।